ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਅੱਜ ਦੀ ਵੀਡੀਓ ਤੇ ਵਿੱਚ ਆਪਾਂ ਕਰਨ ਲੱਗੇ ਆ ਜੀ ਬੁੱਕ ਰਿਵਿਊ ਉਹ ਬੁੱਕ ਹੈ ਜੀ ਦਾ ਸੀਕ੍ਰੇਟ ਸੋਰਾਂਡਾ ਬਰਨ ਦੀ ਲਿਖੀ ਹੋਈ ਇਹ ਬੁੱਕ ਜਿਹੜੀ ਕਿ ਇੰਗਲਿਸ਼ ਦੇ ਵਿੱਚ ਵੀ ਆ ਹੋਰ ਲੈਂਗੁਏਜ ਦੇ ਵਿੱਚ ਵੀ ਆ ਤੇ ਪੰਜਾਬੀ ਦੇ ਵਿੱਚ ਵੀ ਆ ਜੋ ਵੀ ਆਪਾਂ ਗੱਲ ਕਰਾਂਗੇ ਸਾਰੀ ਇਸ ਬੁੱਕ ਦੇ ਵਿੱਚੋਂ ਲਈ ਗੱਲਬਾਤ ਕਰਾਂਗੇ ਜਿਸ ਵਿੱਚ ਕਿ ਮੇਰਾ ਆਪਣਾ ਪਰਸਨਲ ਵਿਚਾਰ ਕੋਈ ਨਹੀਂ ਹੋਊਗਾ ਅੱਜ ਦਾ ਟੌਪਿਕ ਆਪਣਾ ਜੋ ਹੋਏਗਾ ਉਹ ਇਹੀ ਹੋਏਗਾ ਕਿ ਆਖਿਰ ਦਾ ਸੀਕ੍ਰੀਟ ਜੈਨਕਿ ਰਹੱਸ ਹੈ ਕੀ ਦੇਖੋ ਇੱਕ ਕੁਦਰਤੀ ਨਿਯਮ ਦੀ ਗੱਲ ਕੀਤੀ ਗਈ ਹੈ ਕਿ ਅਸੀਂ ਸਾਰੇ ਜੋ ਕੰਮ ਕਰਦੇ ਹਾਂ ਇੱਕ ਕੁਦਰਤੀ ਨਿਯਮ ਦੇ ਅਧੀਨ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਲਾ ਆਫ ਅਟਰੈਕਸ਼ਨ ਤੇ ਲਾਫ ਅਟਰੈਕਸ਼ਨ ਦੇ ਨਾਲ ਅਸੀਂ ਖੁਸ਼ੀ ਧਨ ਦੌਲਤ ਸਿਹਤ ਜੋ ਵੀ ਚਾਹੀਏ ਪਾ ਸਕਦੇ ਹਾਂ ਤੇ ਇਸ ਦੇ ਵਿੱਚ ਇਹ ਮੈਟਰ ਨਹੀਂ ਕਰਦਾ ਕਿ ਤੁਹਾਡੀ ਉਹ ਇੱਛਾ ਕਿੱਡੀ ਕੁ ਵੱਡੀ ਹੈ ਕਿੱਡੀ ਕੁ ਨਹੀਂ ਜਿੱਥੇ ਅਸੀਂ ਇਹ ਕਹਿ ਦਿੰਨੇ ਆ ਕਿ ਇਹ ਤਾਂ ਹੋ ਨਹੀਂ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਮੈਟਰ ਹੀ ਨਹੀਂ ਕਰਦਾ ਇਸ ਬੁੱਕ ਦੇ ਅਕੋਰਡਿੰਗ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਰਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਜ਼ਿੰਦਗੀ ਚਾਹੁੰਦੇ ਹੋ ਬਸ ਸਵਾਲ ਇਹ ਆ ਕਿ ਤੁਸੀਂ ਸੱਚਮੁੱਚ ਉਸ ਤਰ੍ਹਾਂ ਚਾਹੁੰਦੇ ਹੋ ਅਸੀਂ ਸਾਰੇ ਇੱਕ ਅਸੀਮਤ ਸ਼ਕਤੀ ਦੇ ਨਾਲ ਕੰਮ ਕਰਦੇ ਹਾਂ ਇੱਕ ਨਿਯਮ ਜੋ ਸਾਡਾ ਮਾਰਗਦਰਸ਼ਨ ਕਰਦਾ ਹੈ ਸੋ ਉਹ ਨਿਯਮ ਹੈ ਆਕਰਸ਼ਨ ਆਕਰਸ਼ਨ ਦੇ ਨਿਯਮ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ ਕਹਿਣ ਤੋਂ ਭਾਵ ਤੁਹਾਡੇ ਜੀਵਨ ਦੇ ਵਿੱਚ ਜੋ ਵੀ ਚੀਜ਼ਾਂ ਆ ਰਹੀਆਂ ਨੇ ਉਹ ਤੁਸੀਂ ਆਕਰਸ਼ਿਤ ਕੀਤੀਆਂ ਹੋਈਆਂ ਨੇ ਜਾਂ ਆਕਰਸ਼ਿਤ ਕਰ ਰਹੇ ਹੋ ਉਹਨਾਂ ਦੀਆਂ ਅਸੀਂ ਆਪਣੇ ਦਿਮਾਗ ਦੀ ਵਿੱਚ ਤਸਵੀਰਾਂ ਬਣਾ ਕੇ ਆਕਰਸ਼ਿਤ ਕਰ ਰਹੇ ਹਾਂ ਪਾਉ ਜੋ ਅਸੀਂ ਸੋਚ ਰਹੇ ਹਾਂ ਉਹ ਸਾਡੇ ਵੱਲ ਆਕਰਸ਼ਿਤ ਹੋ ਰਿਹਾ ਮਤਲਬ ਜਿਹੜੇ ਮਜ਼ਬੂਤ ਵਿਚਾਰ ਹੁੰਦੇ ਨੇ ਉਹੀ ਉਹ ਰੱਖਦੇ ਨੇ ਮਜ਼ਬੂਤ ਵਿਚਾਰ ਜਿਹੜੇ ਪ੍ਰਬਲ ਹੁੰਦੇ ਨੇ ਜਮਾ ਮਤਲਬ ਉਹਨਾਂ ਤੋਂ ਥਿੜਕਦੇ ਨਹੀਂ ਹੈਗੇ ਉਹ ਵਿਚਾਰ ਆ ਜਿਹੜੇ ਉਹ ਆਕਰਸ਼ਿਤ ਹੁੰਦੇ ਨੇ ਉਹਨਾਂ ਵੱਲ ਕਿ ਜਿਹੜਾ ਆਕਰਸ਼ਣ ਦਾ ਨਿਯਮ ਆ ਉਹ ਸਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਤੇ ਇਹ ਤਾਂ ਸੀਜੀ ਕੇ ਰਹੱਸ ਹੈ ਕਿ ਜੋ ਚੀਜ਼ ਅਸੀਂ ਸੋਚਦੇ ਹਾਂ ਉਹ ਆਕਰਸ਼ਿਤ ਕਰਦੇ ਹਾਂ ਦੂਜੀ ਗੱਲ ਇਹਦੇ ਨਾਲ ਹੀ ਜੁੜਦੀ ਹੈ ਕਿ ਇਸ ਰਹੱਸ ਦੇ ਵਿੱਚ ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਨੇ ਕਹਿਣ ਤੋਂ ਭਾਵ ਜਿਹੋ ਜਿਹਾਂ ਤੁਸੀਂ ਸੋਚ ਰਹੇ ਹੋ ਉਸੇ ਦੇ ਨਾਲ ਸੰਬੰਧਿਤ ਜੋ ਵੀ ਕੁਝ ਹੋਏਗਾ ਤੁਹਾਡੇ ਵਿਚਾਰਾਂ ਦੇ ਨਾਲ ਸੰਬੰਧਿਤ ਜਿਹੋ ਜਿਹਾ ਕੁਝ ਵੀ ਹੋਏਗਾ ਉਹ ਤੁਹਾਡੇ ਵੱਲ ਆਕਰਸ਼ਿਤ ਹੋਏਗਾ ਉਹਨਾਂ ਵਿਚਾਰਾਂ ਦੇ ਨਾਲ ਮੇਲਜੋਲ ਖਾਂਦਾ ਜਿਵੇਂ ਕਿ ਜਦੋਂ ਤੁਸੀਂ ਕੋਈ ਵਿਚਾਰ ਬਣਾਉਨੇ ਹੋ ਤਾਂ ਉਸ ਵਰਗੇ ਹੋਰ ਵਿਚਾਰਾਂ ਨੂੰ ਵੀ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ ਜਦੋਂ ਅਸੀਂ ਕਈ ਵਾਰ ਕਿਸੇ ਉਹ ਚੀਜ਼ ਬਾਰੇ ਸੋਚਦੇ ਹਾਂ ਜਿਹੜੀ ਕਿ ਸਾਨੂੰ ਪਸੰਦ ਨਹੀਂ ਹੁੰਦੀ ਉਹਦੇ ਬਾਰੇ ਹੋਰ ਵਿਚਾਰ ਪੈਦਾ ਹੁੰਦੇ ਜਾਂਦੇ ਨੇ ਤੇ ਉਹ ਹੋਰ ਵੀ ਜ਼ਿਆਦਾ ਜਿਹੜੀ ਨਾ ਪਸੰਦ ਬਣਨ ਲੱਗ ਜਾਂਦੀ ਹੈ ਮਤਲਬ ਬੱਤਰ ਹੋ ਜਾਂਦੀ ਹੈ ਹੋਰ ਵੀ ਜ਼ਿਆਦਾ ਮਤਲਬ ਜਦੋਂ ਲਗਾਤਾਰ ਅਸੀਂ ਇੱਕ ਵਿਚਾਰ 'ਤੇ ਅੜੇ ਰਹਿੰਨੇ ਆ ਤਾਂ ਉਹਦੇ ਵਰਗੇ ਹੋਰ ਵਿਚਾਰ ਸਾਡੇ ਦਿਮਾਗ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਅਸੀਂ ਕੋਈ ਜਦੋਂ ਗਾਣਾ ਸੁਣਦੇ ਆ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਉਸ ਗਾਣੇ ਨੂੰ ਸੁਣਨ ਵੇਲੇ ਧਿਆਨ ਇੰਨਾ ਜ਼ਿਆਦਾ ਕੇਂਦ੍ਰਿਤ ਹੋਇਆ ਹੁੰਦਾ ਕਿ ਉਹ ਸਾਡੇ ਦਿਮਾਗ ਦੇ ਵਿੱਚ ਚੱਲਣ ਲੱਗ ਜਾਂਦਾਗਾ ਉਸ ਤੋਂ ਬਾਅਦ ਕੀ ਹੁੰਦਾ ਉਸ ਗਾਣੇ ਦੇ ਬੋਲਾਂ ਦੇ ਹਿਸਾਬ ਦੇ ਨਾਲ ਜੋ ਸਾਡੇ ਵੱਲ ਹੋਰ ਵਿਚਾਰ ਨੇ ਉਹ ਆਕਰਸ਼ਿਤ ਹੋਣ ਲੱਗ ਜਾਂਦੇ ਨੇਗੇ ਤੇ ਹੁਣ ਕਿਹਾ ਕੀ ਗਿਆ ਕਿ ਜਿਹੜਾ ਸਾਡਾ ਵਰਤਮਾਨ ਜੀਵਨ ਉਹ ਸਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈਗਾ ਜੋ ਵੀ ਅਸੀਂ ਚੰਗਾ ਮਾੜਾ ਸੋਚਿਆ ਸਾਨੂੰ ਤਾਂ ਨਹੀਂ ਪਤਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਮਿਲ ਗਿਆ ਕੁਝ ਕ ਚੰਗਾ ਮਿਲ ਗਿਆ ਕੁਝ ਕ ਮਾੜਾ ਮਿਲ ਗਿਆ ਪਰ ਜਿੰਨਾ ਵਾਰੇ ਅਸੀਂ ਜ਼ਿਆਦਾਤਰ ਸੋਚਿਆ ਪਰ ਉਹਨਾਂ ਬਾਰੇ ਅਸੀਂ ਚੇਤਨ ਨਹੀਂ ਹੈਗੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਮਿਲ ਗਈਆਂ ਜ਼ਿੰਦਗੀ ਦੇ ਵਿੱਚ ਤੇ ਇਸ ਤਰ੍ਹਾਂ ਕਿਉਂ ਹੁੰਦਾ ਕਿਉਂਕਿ ਸਾਡੇ ਜਿਹੜੇ ਵਿਚਾਰ ਨੇ ਉਹ ਚੁੰਬਕੀ ਹੁੰਦੇ ਨੇ ਉਹ ਇੱਕ ਫ੍ਰੀਕੁਐਂਸੀ ਭੇਜਦੇ ਆ ਬ੍ਰਹਿਮੰਡ ਦੇ ਵਿੱਚ ਜਦੋਂ ਉਹ ਫ੍ਰੀਕੁਐਂਸੀ ਬ੍ਰਹਿਮੰਡ ਦੇ ਵਿੱਚ ਜਾਂਦੀ ਹੈ ਤਾਂ ਚੁੰਬਕ ਵਾਂਗ ਸਮਾਨ ਫ੍ਰੀਕੁਐਂਸੀ ਦੀਆਂ ਚੀਜ਼ਾਂ ਨੂੰ ਲੈ ਕੇ ਵਾਪਸ ਆਕਰਸ਼ਿਤ ਹੁੰਦੀ ਹੈ ਸਾਡੇ ਵੱਲ ਜਿਵੇਂ ਕਿ ਅਸੀਂ ਇੱਕ ਸਰੋਤ ਆ ਤੇ ਜੋ ਵੀ ਅਸੀਂ ਫ੍ਰੀਕੁਐਂਸੀ ਭੇਜ ਰਹੇ ਹਾਂ ਬ੍ਰਹਿਮੰਡ ਦੇ ਵਿੱਚ ਉਹ ਫ੍ਰੀਕੁਐਂਸੀ ਹੋਰ ਐਡ ਅਪ ਹੋ ਕੇ ਉਸੇ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਸਾਡੇ ਵੱਲ ਵਾਪਸ ਮੁੜ ਰਹੀ ਹੈ ਜਦੋਂ ਅਸੀਂ ਆਕਰਸ਼ਣ ਦੇ ਨਿਯਮ ਦੁਆਰਾ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ ਇਹ ਕੰਮ ਇੰਨਾ ਸੌਖਾ ਫਿਰ ਵੀ ਜਿਹੜੇ ਲੋਕ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਨੇ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਫਿਰ ਵੀ ਕਿਉਂ ਹਰ ਬੰਦਾ ਆਪਣੇ ਸੁਪਨਿਆਂ ਦੀ ਜ਼ਿੰਦਗੀ ਕਿਉਂ ਨਹੀਂ ਜਿਉ ਸਕਦਾ ਸਵਾਲ ਇਹ ਹੈ ਤੇ ਇਸ ਸਵਾਲ ਦੇ ਜਵਾਬ ਦੇ ਵਿੱਚ ਇਸ ਕਿਤਾਬ ਦੇ ਵਿੱਚ ਕੀ ਕਿਹਾ ਗਿਆ ਕਿ ਮਾੜੇ ਦੀ ਬਜਾਏ ਚੰਗੇ ਨੂੰ ਆਕਰਸ਼ਿਤ ਕਰੋ ਲੋਕਾਂ ਨੂੰ ਆਪਣੀਆਂ ਮੰਨ ਚਾਹੀਆਂ ਚੀਜ਼ਾਂ ਨਾ ਮਿਲਣ ਦਾ ਕਾਰਨ ਇਹ ਹੈ ਕਿ ਉਹ ਉਹ ਸੋਚਦੇ ਆ ਜੋ ਉਹਨਾਂ ਨੂੰ ਨਹੀਂ ਚਾਹੀਦਾ ਤੇ ਦੱਸਿਆ ਕੀ ਗਿਆ ਕਿ ਆਪਣੇ ਵਿਚਾਰਾਂ ਤੇ ਗੌਰ ਕਰੋ ਤੇ ਸ਼ਬਦਾਂ ਨੂੰ ਚੁਣੋ ਆਕਰਸ਼ਨ ਦਾ ਨਿਯਮ ਹੈ ਜਿਹੜਾ ਇਹ ਨਾ ਇੱਕ ਕੁਦਰਤੀ ਨਿਯਮ ਆ ਜਿਦੇ ਵਿੱਚ ਤੁਹਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਇਹ ਫਰਕ ਨਹੀਂ ਨੋਟ ਕਰਦਾ ਸਿਰਫ ਇਹ ਨੋਟ ਕਰਦਾ ਜੋ ਤੁਸੀਂ ਸੋਚ ਰਹੇ ਹੋ ਉਹ ਨਹੀਂ ਨਹੀਂ ਦੇਖਦਾ ਜਿਵੇਂ ਮੰਨ ਲਓ ਆਪਾਂ ਗੱਲ ਕਰ ਰਹੇ ਹਾਂ ਮੈਨੂੰ ਇਹ ਕਿਤਾਬ ਚਾਹੀਦੀ ਆ ਯਾ ਫਿਰ ਜੇ ਮੈਂ ਐਸਨੂੰ ਕਹਾ ਕਿ ਮੈਨੂੰ ਇਹ ਕਿਤਾਬ ਨਹੀਂ ਚਾਹੀਦੀ ਨਹੀਂ ਇੱਥੇ ਕੋਈ ਮੈਟਰ ਨਹੀਂ ਕਰੂਗਾ ਆਕਰਸ਼ਨ ਦਾ ਨਿਯਮ ਸਿਰਫ ਇਹ ਗੱਲ ਸੁਣ ਰਿਹਾ ਕਿ ਗੱਲ ਕੀ ਦੀ ਹੋ ਰਹੀ ਹੈ ਕਿਤਾਬ ਦੀ ਉਹ ਕਿਤਾਬ ਤੁਹਾਨੂੰ ਮਿਲੇਗੀ ਇਹ ਸੁਣਿਆ ਜਾਉ ਕਿ ਤੁਹਾਡੇ ਸ਼ਬਦ ਕਿਹੜੇ ਨੇ ਤੁਹਾਡੇ ਵਿਚਾਰਾਂ ਦੇ ਵਿੱਚ ਕਿਹੜੀ ਚੀਜ਼ ਆ ਰਹੀ ਹੈ ਉਹੀ ਤੁਹਾਡੇ ਵੱਲ ਆਕਰਸ਼ਿਤ ਹੋਊਗੀ ਆਕਰਸ਼ਨ ਦਾ ਨਿਯਮ ਹਰ ਚੀਜ਼ ਨੂੰ ਹਾਂ ਪੱਖੀ ਹੀ ਲੈਂਦਾ ਜੋ ਵੀ ਤੁਸੀਂ ਸੋਚ ਰਹੇ ਹੋ ਸੋ ਆਕਰਸ਼ਨ ਦਾ ਨਿਯਮ ਜੋ ਤੁਸੀਂ ਸੋਚ ਰਹੇ ਹੋ ਉਹੀ ਤੁਹਾਨੂੰ ਦੇ ਰਿਹਾ ਹੁਣ ਤੀਜੇ ਨੰਬਰ ਤੇ ਗੱਲ ਕਹੀ ਗਈ ਹੈ ਸਾਡੇ ਮਸਤਿਸ਼ਕ ਦੀ ਸ਼ਕਤੀ ਦਿਮਾਗ ਦੀ ਸ਼ਕਤੀ ਕਿੰਨੀ ਹੈ ਤੁਹਾਡਾ ਸਾਰਾ ਜੀਵਨ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਘੁੰਮਣ ਵਾਲੇ ਵਿਚਾਰਾਂ ਦਾ ਨਤੀਜਾ ਹੈ ਬ੍ਰਹਿਮੰਡ ਬਣਾਉਂਦਾ ਹੈ ਹਟਾਉਂਦਾ ਨਹੀਂ ਜਿਆਦਾਤਰ ਚਿੰਤਾਵਾਂ ਨੂੰ ਆਕਰਸ਼ਿਤ ਕਰਾਂਗੇ ਉਹ ਸਾਡੇ ਵੱਲ ਹੋਰ ਜ਼ਿਆਦਾ ਆਉਣਗੀਆਂ ਜਿਹੜੇ ਆਪਣੇ ਦਿਮਾਗ ਦੇ ਵਿੱਚ ਵਿਚਾਰ ਹੁੰਦੇ ਆ ਉਹ ਛੇਤੀ ਛੇਤੀ ਨਹੀਂ ਆਉਂਦੇ ਜਿਵੇਂ ਟਾਈਮ ਲੱਗਦਾ ਗਾ ਚੰਗੇ ਵਿਚਾਰਾਂ ਨੂੰ ਆਉਣ ਤੇ ਵੀ ਮਾੜੇ ਵਿਚਾਰਾਂ ਨੂੰ ਆਉਣ ਤੇ ਵੀ ਤੇ ਇਸ ਦੇ ਨਾਲ ਕੀ ਹੈ ਕਿ ਜਿਹੜਾ ਟਾਈਮ ਲੱਗਦਾ ਉਹ ਸਾਡੇ ਚੰਗੇ ਲਈ ਹੈ ਕਿਉਂਕਿ ਜੇ ਇਸ ਤਰ੍ਹਾਂ ਹੁੰਦਾ ਤੇ ਛੇਤੀ ਛੇਤੀ ਸਾਰਾ ਕੁਝ ਚੇਂਜ ਹੁੰਦਾ ਤਾਂ ਬੜਾ ਮਤਲਬ ਜੀਵਨ ਦੇ ਵਿੱਚ ਬਹੁਤ ਉਥਲ ਪੁਥਲ ਹੋਣੀ ਸੀ ਸੋ ਇੱਥੇ ਕੀ ਹੈ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਜਿਹੜੀ ਇਹਦੇ ਵਿੱਚ ਗੱਲ ਦੱਸੀ ਗਈ ਹੈ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਆਪਣੇ ਮਨ ਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਵਿਚਾਰਾਂ ਤੇ ਕੰਟਰੋਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਮਨ ਨੂੰ ਸ਼ਾਂਤ ਕਰਨਾ ਸਿੱਖੀਏ ਉਹਦੇ ਨੇ ਕੀ ਕਰਨਾ ਜਿਵੇਂ ਕਿਤਾਬ ਦੇ ਵਿੱਚ ਕਿਹਾ ਗਿਆ ਕਿ ਸਾਧਨਾ ਕਰੋ ਮਨ ਨੂੰ ਸ਼ਾਂਤ ਕਰਨ ਲਈ ਸਾਨੂੰ ਕੀ ਹੈ ਆਪਣੇ ਮਨ ਨੂੰ ਅੰਦਰੋਂ ਸ਼ਾਂਤ ਕਰਨ ਦੀ ਲੋੜ ਹੈ ਜਦੋਂ ਸਾਡਾ ਮਨ ਅੰਦਰੋਂ ਸ਼ਾਂਤ ਹੋਊਗਾ ਫੇਰ ਹੀ ਸਾਰਾ ਕੁਝ ਪੋਸੀਬਲ ਹੈ ਮਤਲਬ ਕੰਟਰੋਲ ਸਾਡੇ ਵਿਚਾਰਾਂ ਤੇ ਜੇਕਰ ਤੁਸੀਂ ਆਪਣੇ ਵਿਚਾਰਾਂ ਬਾਰੇ ਸੁਚੇਤ ਰਹਿਣਾ ਤਾਂ ਤੁਸੀਂ ਇਹ ਗੱਲ ਬਾਰ-ਬਾਰ ਕਹਿਣੀ ਹੈ ਕਿ ਮੈਂ ਆਪਣੇ ਵਿਚਾਰਾਂ ਦਾ ਮਾਲਕ ਆਪ ਹਾਂ ਇਹਦੇ ਨਾਲ ਤੁਸੀਂ ਸੱਚਮੁੱਚ ਉਸ ਤਰ੍ਹਾਂ ਦੇ ਬਣ ਜਾਓਗੇ ਕਿਉਂਕਿ ਅਰਸ਼ਣ ਦਾ ਨਿਯਮ ਕੰਮ ਕਰੂਗਾ ਸਮੁਖ ਦੀ ਗੱਲ ਆਉਂਦੀ ਹੈ ਕਿ ਨਿਰਣਾ ਕਰੋ ਤੁਸੀਂ ਕੀ ਪਾਉਣਾ ਕੀ ਬਣਨਾ ਹੈ ਉਸ ਬਾਰੇ ਬ੍ਰਹਿਮੰਡ ਦੇ ਵਿੱਚ ਫ੍ਰੀਕੁਐਂਸੀ ਭੇਜੋ ਤੇ ਤੁਹਾਡਾ ਸੁਪਨਾ ਸਾਕਾਰ ਹੋ ਜਾਊਗਾ ਰਹੱਸ ਦੇ ਵਿੱਚ ਜੋ ਕੁਝ ਮੈਂ ਅੱਜ ਤੁਹਾਨੂੰ ਦੱਸਿਆ ਇੱਕ ਕਿਤਾਬ ਦੇ ਵਿੱਚੋਂ ਮੈਂ ਹੋਰ ਵੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਤੇ ਜੇਕਰ ਤੁਹਾਨੂੰ ਲੱਗਦਾ ਕਿ ਇਸ ਬਾਰੇ ਆਪਾਂ ਹੋਰ ਵੀਡੀਓਜ਼ ਵੀ ਬਣਾਈਏ ਕਿਉਂਕਿ ਇਸ ਕਿਤਾਬ ਦੇ ਵਿੱਚ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਨਸੈਪਟ ਨੇ ਰਹਸ ਕੀ ਹੈ ਸੋ ਅੱਗੇ ਕਿਸ ਤਰ੍ਹਾਂ ਸੀ ਕੰਮ ਕਰਨਾ ਹੈ ਕਿਸ ਤਰ੍ਹਾਂ ਨਹੀਂ ਉਹ ਸਾਰਾ ਕੁਝ ਸੋ ਉਸ ਬਾਰੇ ਆਪਾਂ ਜ਼ਰੂਰ ਬਣਾਵਾਂਗੇ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਜ਼ਰੂਰ ਦੱਸਣਾ ਦਿਲ ਦਿਓ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ